वालेकुम। वालेकुम सलाम। प्यारे भाई जान अपना ते अपने इलाके दा तारफ कराओ। अपना इलाका पसरूड़ी है, जिला सियालकोट है। ते की नाम जनाब दा? सकलैन। सकलैन वल्द मोहम्मद बेटा। ए माशाल्लाह सानू दसो बकरे कित्थों लियांदे हो ते माशाल्लाह किस तरह इन्हां दी तैयारी करदे हो ते फिर ईद ते तुसीं फरोख्त करदे हो? हां जी, छोटे छोटे लियाईदा ते साल पूरा इन्हां दी परवरिश करीदा। ਉਧਰੋਂ ਡੇਰਾ ਗਾਲੀ ਖਾਨਾ ਵਾਲੇ ਇਲਾਕੇ 'ਚ ਲਿਆਈਦਾ, ਰਾਜਨਪੁਰੀ ਨਸਲ ਵਗੈਰਾ ਅੱਛੀ ਨਸਲ ਲਿਆਈਦਾ ਵੇਖ ਕੇ। ਅਤੇ ਤੁਹਾਡੇ ਕੋਲ ਮਾਸ਼ਾਅੱਲਾ ਕਿਹੜੀ ਕਿਹੜੀ ਨਸਲ ਦੇ ਨੇ? ਰਾਜਨਪੁਰੀਆ ਨਸਲ ਹੈ, ਦੇਸੀ ਬੱਕਰੇ ਨੇ, ਦੋਗਲੇ ਵੀ ਨੇ, ਹਰ ਨਸਲ ਦੇ ਵੀ ਨੇ, ਮੁਖਤਲਿਫ ਨਸਲਾਂ ਨੇ। ਅਤੇ ਮਾਸ਼ਾਅੱਲਾ ਕਿੱਡੇ ਕਿੱਡੇ ਛੋਟੇ ਲੈ ਕੇ ਆਉਂਦੇ ਹੋ, ਕਿਹੜੀ ਉਮਰ ਦੇ ਮਸਲ ਉੱਥੋਂ ਲੈ ਕੇ ਆਉਂਦੇ ਹੋ? ਇਹ ਕੋਈ ਦੋ ਦੋ ਤਿੰਨ ਤਿੰਨ ਮਾਹ ਨੇ, ਛੇ ਛੇ ਮਾਹ ਨੇ ਛੋਟੇ ਛੋਟੇ। ਅਤੇ ਕਿੰਨੇ ਮਹੀਨੇ ਇਹਨਾਂ ਦੀ ਫਿਰ ਤਿਆਰੀ ਕਰਦੇ ਹੋ? ਤਕਰੀਬਨ 8-9 ਮਾਹ, ਤਕਰੀਬਨ ਸਾਲ ਤਕਰੀਬਨ ਲੱਗ ਜਾਂਦਾ। ਠੀਕ ਹੈ। ਅਤੇ ਇਹਨਾਂ ਨੂੰ ਜਦੋਂ ਲਿਆਉਂਦੇ ਹੋ ਅਤੇ ਇਹਨਾਂ ਦੀ ਕੋਈ ਵੈਕਸੀਨ ਕਰਾਉਂਦੇ ਹੋ? ਹਾਂਜੀ, ਸਭ ਕਰਵਾਈ ਦਾ ਵੈਕਸੀਨ ਵਗੈਰਾ। ਠੀਕ ਹੋ ਗਿਆ। ਅਤੇ ਇਹਨਾਂ ਨੂੰ ਫਿਰ ਖੁਰਾਕ ਕਿਹੜੀ ਕਿਹੜੀ ਇਸਤੇਮਾਲ ਕਰਵਾਉਂਦੇ ਹੋ? ਖੁਰਾਕ ਤੂੜੀ ਚੋਖਰ ਵਿੱਚ ਕੋਈ ਵੰਡਾ ਛਿੰਡਾ, ਕਣਕ ਘਰ। ਠੀਕ ਹੈ। ਸੂੜੀ ਕੜਾ ਵਗੈਰਾ। ਅਤੇ ਇਹਨਾਂ ਨੂੰ ਕਿੰਨੀ ਕਿੰਨੀ ਕਣਕ ਪਾਉਂਦੇ ਹੋ ਮਸਲ ਇੱਕ ਜਾਨਵਰ ਨੂੰ? ਤਕਰੀਬਨ 30 ਜਾਨਵਰ, ਅੱਧਾ ਕਿਲੋ ਰੋਜ਼ ਦੀ ਕਣਕ ਤਕਰੀਬਨ ਬਹਿ ਜਾਂਦੀ। ਸੁਬਹ ਇਸਤੇਮਾਲ ਕਰਵਾਉਂਦੇ ਹੋ ਕਿ ਸ਼ਾਮ ਨੂੰ? ਪਹਿਲੇ ਤੇ ਇੱਕ ਟਾਈਮ ਹੀ ਕਰਵਾਈਦਾ। ਠੀਕ। ਜਦੋਂ ਦਿਨ ਨਜ਼ਦੀਕ ਆ ਜਾਂਦੇ ਨੇ, ਈਦ ਦੇ ਕਰੀਬ ਆ ਜਾਈਦਾ, ਉਦੋਂ ਦੋਵੇਂ ਟਾਈਮ ਕਰਵਾਉਣਾ ਸ਼ੁਰੂ ਕਰ ਦਈਦਾ। ਅਤੇ ਪਿਆਰੇ ਭਾਈ ਜਾਨ ਮਾਸ਼ਾਅੱਲਾ ਬਹੁਤ ਅੱਛੀਆਂ ਤੁਸੀਂ ਗੱਲਾਂ ਕਰ ਰਹੇ ਹੋ ਅਤੇ ਅੱਛੀ ਮਾਲੂਮਾਤ ਦੇ ਰਹੇ ਹੋ। ਅਤੇ ਤਕਰੀਬਨ ਇਸ ਟਾਈਮ ਤੁਹਾਡੇ ਕਿੰਨੇ ਬੱਕਰੇ ਉੱਥੋਂ ਲੈ ਕੇ ਆਏ ਹੋ? ਇਸ ਟਾਈਮ ਤੁਹਾਡੇ ਕੋਲ ਕਿੰਨੇ ਬੱਕਰੇ ਨੇ? ਤਕਰੀਬਨ 40-50 ਜਾਨਵਰ ਸਨ, ਹੁਣ ਤਕਰੀਬਨ ਬਹੁਤ ਕੰਮ ਰਹਿ ਗਏ ਨੇ, 10-12 ਰਹਿ ਗਏ ਨੇ। ਮਾਸ਼ਾਅੱਲਾ। ਬਾਕੀ ਤੁਹਾਡੇ ਸੇਲ ਹੋ ਗਏ? ਸੇਲ ਹੋ ਗਏ ਨੇ ਜੀ। ਮਾਸ਼ਾਅੱਲਾ, ਇਹ ਵੀ ਸੇਲ ਹੋ ਜਾਣਗੇ, ਫਿਰ ਹੋਰ ਲੈਵਾਂਗੇ। ਬਿਲਕੁਲ ਠੀਕ ਹੋ ਗਏ। ਈਦ ਤੱਕ ਤਕਰੀਬਨ ਤੁਸੀਂ 21-22 ਸੇਲ ਕਰ ਚੁੱਕੇ ਹੋ? ਹਾਂਜੀ ਹਾਂਜੀ। ਇਸ ਟਾਈਮ ਕਿੰਨੇ ਜਾਨਵਰ ਨੇ ਤੁਹਾਡੇ ਕੋਲ? ਇਸ ਟਾਈਮ 10-11 ਹੈ ਨੇ ਜੀ। ਮਾਸ਼ਾਅੱਲਾ। ਅਤੇ ਇਸ ਟਾਈਮ ਜਿਹੜਾ ਘੱਟ ਤੋਂ ਘੱਟ ਰੇਂਜ ਦਾ ਤੁਹਾਡੇ ਕੋਲ ਕਿੰਨੀ ਕੀਮਤ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਲੇਲਾ ਕਿੰਨੀ ਕੀਮਤ ਹੈ ਜਿਹੜਾ ਬੱਕਰਾ ਤੁਹਾਡਾ? ਜ਼ਿਆਦਾ ਤੋਂ ਜ਼ਿਆਦਾ 70-80 ਹਜ਼ਾਰ ਤੱਕ, ਅਤੇ ਘੱਟ ਤੋਂ ਘੱਟ 30-35 ਹਜ਼ਾਰ ਤੱਕ। ਮਾਸ਼ਾਅੱਲਾ। ਪਿਆਰੇ ਭਾਈ ਜਾਨ ਬਹੁਤ ਅੱਛੀ ਗੁਫ਼ਤਗੂ ਕਰ ਰਹੇ ਹੋ ਤੁਸੀਂ। ਸਾਨੂੰ ਇਹ ਦੱਸੋ ਕਿ ਤਕਰੀਬਨ ਇਹ ਜਦੋਂ ਤੁਸੀਂ ਲੈ ਕੇ ਆਉਂਦੇ ਹੋ ਉਦੋਂ ਤੋਂ ਲੈ ਕੇ ਅਤੇ ਤਕਰੀਬਨ ਈਦ 'ਤੇ ਤੁਸੀਂ ਫਰੋਖਤ ਕਰਦੇ ਹੋ ਜੀ, ਅਤੇ ਇੱਕ ਜਾਨਵਰ 'ਤੇ ਤੁਹਾਡਾ ਕਿੰਨਾ ਖਰਚਾ ਆ ਜਾਂਦਾ? ਖਰਚਾ ਤਾਂ ਫਿਰ ਜ਼ਾਹਰ ਹੀ ਗੱਲ ਹੁੰਦਾ ਹੀ ਹੈ, ਕਦੀ ਹਿਸਾਬ ਵਗੈਰਾ ਨਹੀਂ ਕੀਤਾ ਇੰਨਾ ਕਰ, ਬਸ ਖਰਚਾ ਤਾਂ ਹੁੰਦਾ ਹੀ ਇੰਨਾ। ਅਤੇ ਫਿਰ ਵੀ ਇੱਕ ਜਾਨਵਰ ਤੁਹਾਨੂੰ ਕਿੰਨੀ ਬੱਚਤ ਦੇ ਜਾਂਦਾ? ਉਹ ਤਾਂ ਮਾਲਕ ਦੀ ਮਰਜ਼ੀ ਹੈ, ਜਿਸ ਤਰ੍ਹਾਂ ਵੀ ਜੋ ਵੀ ਆ ਜਾਂਦਾ। ਠੀਕ ਹੈ। ਤੁਹਾਡਾ ਕੋਈ ਅੰਦਾਜ਼ਾ? ਅੰਦਾਜ਼ਾ 4-5 ਹਜ਼ਾਰ 10 ਹਜ਼ਾਰ ਮਿਲ ਹੀ ਜਾਂਦਾ ਮੁਨਾਫਾ। ਬਹੁਤ ਅੱਛਾ। ਅਤੇ ਤਕਰੀਬਨ ਜਦੋਂ ਇਹਨਾਂ ਦੀ ਵੈਕਸੀਨ ਵੀ ਕਰਾਉਂਦੇ ਹੋ ਅਤੇ ਕੋਈ ਦੇਸੀ ਦਵਾਈਆਂ ਵਗੈਰਾ ਵੀ ਤੁਸੀਂ ਇਹਨਾਂ ਦਿੰਦੇ ਹੋ ਜਦੋਂ ਬਿਮਾਰ ਹੋ ਜਾਣ ਮੌਸਮੀ ਸੂਰਤ ਹਾਲ ਦੇ ਮੁਤਾਬਕ? ਦੇਸੀ ਵਗੈਰਾ ਵੀ ਦਵਾਈਆਂ ਦੇਈਦਾ। ਠੀਕ ਹੈ। ਸਪੈਸ਼ਲ ਡਾਕਟਰ ਚੈੱਕ ਕਰਨ ਆਉਂਦੇ ਨੇ ਹਫ਼ਤੇ ਵਗੈਰਾ। ਅਤੇ ਦੇਸੀ ਚੀਜ਼ਾਂ 'ਚ ਇਹਨਾਂ ਨੂੰ ਕੀ ਇਸਤੇਮਾਲ ਕਰਵਾਉਂਦੇ ਹੋ? ਦੇਸੀ ਚੀਜ਼ਾਂ 'ਚ ਇਹਨਾਂ ਨੂੰ ਭੁੱਖ ਵਾਸਤੇ ਇਹਨਾਂ ਨੂੰ ਨਮਕ ਮਿਰਚ ਵਗੈਰਾ ਦੇਈਦਾ, ਮਸਾਲੇ ਮਿਰਚ ਮਸਾਲਾ ਦੇਈਦਾ, ਤਾਂ ਕਿ ਪੱਠੇ ਛੱਠੇ ਘਾਸ ਵਗੈਰਾ ਸਹੀ ਖਾ ਸਕਣ ਅੱਛੀ। ਅਤੇ ਇਹਨਾਂ ਦੀ ਕੋਈ ਚਰਾਈ ਵਗੈਰਾ ਵੀ ਕਰਵਾਉਂਦੇ ਹੋ? ਚਰਾਈ ਵਗੈਰਾ ਵੀ ਕਰਾਈਦਾ। ਠੀਕ ਹੋ ਗਿਆ। ਅਤੇ ਸਬਜ਼ੀ ਵਿੱਚ ਇਹਨਾਂ ਨੂੰ ਕੀ ਇਸਤੇਮਾਲ ਕਰਵਾਉਂਦੇ ਹੋ? ਸਬਜ਼ੀ 'ਚ ਅੱਜ ਕੱਲ੍ਹ ਜੈਂਤਰ ਚੱਲਦਾ। ਮਾਸ਼ਾਅੱਲਾ। ਬਿਲਕੁਲ। ਜਦੋਂ ਸਟਾਲਾ ਹੁੰਦਾ ਉਦੋਂ ਸਟਾਲਾ ਵਿੱਚ ਇਹਨਾਂ ਨੂੰ ਪਾਈਦਾ। ਠੀਕ ਹੈ। ਹਰੀ ਕਣਕ ਵਗੈਰਾ, ਇਸ ਤਰ੍ਹਾਂ ਮੁਖਤਲਿਫ ਚੀਜ਼ਾਂ ਨੇ, ਚੜੀ ਵਗੈਰਾ, ਮਕਈ। ਠੀਕ ਹੈ। ਅਗਰ ਤੁਹਾਡੇ ਨਾਲ ਸਾਡੇ ਜਿਹੜੇ ਦੋਸਤ ਇਹ ਤੁਹਾਡੀ ਵੀਡੀਓ ਦੇਖ ਰਹੇ ਨੇ, ਅਗਰ ਤੁਹਾਡੇ ਨਾਲ ਰਾਬਤਾ ਕਰਨ ਚਾਹੁਣ, ਤੁਹਾਡੇ ਕੋਲ ਕੋਈ ਮਾਲ ਖਰੀਦਣਾ ਚਾਹੁਣ, ਕੋਈ ਮਾਲੂਮਾਤ ਲੈਣਾ ਚਾਹੁਣ, ਤੇ ਆਪਣਾ ਆਪਣਾ ਮੋਬਾਈਲ ਨੰਬਰ ਜਨਾਬ ਜਿਹੜਾ ਨਾ ਦੱਸ ਦਿਓ। 0307-062-6695। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਨਾਬ। ਅਸਲਾਮ ਵਾਲੇਕੁਮ।